ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਲਈ ਉਹ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427719817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਵੜਾ ਦਿਖਾਵਾਂਗੇ, ਦੋ ਗੱਬੜਾਂ ਅਤੇ ਇੱਕ ਤਾਜ਼ੀ ਸੂਈ ਵੀ। ਇਹ ਤਿੰਨ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਸੁਰਿੰਦਰ ਸਿੰਘ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ 9877-40-09 ਅਤੇ ਪਹਿਲਾ ਨੰਬਰ ਜਿਹੜੀ ਆਪਾਂ ਜਰਸੀ ਬੈਡ ਦੇਖਦੇ ਪਏ ਹਾਂ, ਕਿਹੜਾ ਸੂਈ ਦਾ ਸੂਈ ਦਾ ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਇਹ ਦੂਜੇ ਸੂਈ ਸੂਈ ਹੈ ਵੀਰੇ, ਕੱਲ੍ਹ ਸੂਈ ਹੈ। ਕੱਲ੍ਹ ਸਵੇਰੇ ਸੂਈ ਹੈ, ਬੱਚਾ ਇਹਨੇ ਦਿੱਤੀ ਆਪਣੀ ਬੱਚੀ, ਜਰਸੀ ਜੀ ਆ ਗਈ ਬੱਚੀ, ਹੈ ਨਾ? ਜਰਸੀ ਦੀ ਬੱਚੀ। ਸੂਆ ਸੂਈ ਹੈ ਦੂਜਾ? ਦੂਜਾ। ਠੀਕ ਹੈ, ਜੇਬ ਜੂ ਰੋਕਿਆ ਘਰੇ ਸੂਈ ਆਪਣੇ ਜਮਾਂ? ਅਤੇ ਕਿੰਨਾ ਕੁ ਬੋਲਾ ਚੋਇਆ ਆਪਾਂ ਇਹਦਾ? ਚਾਰ ਕਿਲੋ ਟੰਗ ਦਾ, ਬਾਕੀ ਆਪਾਂ ਖਾਲੀ ਹਜੇ ਕਰੀ ਨੀ। ਠੀਕ ਹੈ, ਅਤੇ ਚਵਾਈ ਚੁਈ ਇੱਕ ਨੰਬਰ? ਠੀਕ ਹੈ, ਮੁੱਲ ਵਾੜੀ ਕੀ ਹੋਊਗਾ? ਜਮਾਂ ਜਾਇਆ ਜਾਊ? ਕੀ ਵਾਰ ਕਹਿੰਦੇ ਫੋਨ ਵਾਲਾ ਜਾ ਦਿਆ, ਉਹ ਤਾਂ ਨਹੀਂ ਕੰਮ ਧੋਰੀ ਭਰਾ ਬਾਹਰ ਨੂੰ ਕਬਰੋ ਮੂੰਹ ਮੱਥਾ ਦੇਖ ਸਕਦੇ ਹੋ, ਲੇਵਾ ਵਗੈਰਾ। ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 11 ਵਜੇ ਦਾ ਟਾਈਮ ਆ, ਕਿਉਂਕਿ ਆਮ ਆਪਾਂ ਨੂੰ ਪਤਾ ਕਿ ਛੇ 7 ਵਜੇ ਚਵਾਈ ਹੋ ਜਾਂਦੀ, ਉਸ ਹਿਸਾਬ ਨਾਲ ਕਿਸ ਕਰ ਲਓ। ਅਤੇ ਬਾਕੀ ਥਾਣਾ 'ਚ ਧਾਰਾ ਹਾਲੇ ਛੱਡਣੇ ਪੈਂਦੇ, ਕਿਉਂਕਿ ਦੂਸਰਾ ਦਿਨ ਸੂਈ ਨੂੰ ਆ। ਅਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ, ਸਾਫ਼ ਪੱਕੇ ਰੰਗ ਦੇ ਵਿੱਚ ਇੱਕ ਜਮਾਂ, ਅਤੇ ਬਾਕੀ ਲੇਵਾ ਦੇਖੋ ਸਾਫ਼ ਸੁਥਰਾ, ਲੇਵਾ ਚੰਗਾ 8 ਤੋਂ 9 ਕਿਲੋਮੀਟਰ ਮੰਨ ਕੇ ਚੱਲੋ ਵੀ ਬੋਲਾ ਇਹਦੇ ਥੱਲੇ ਹੈਗਾ, ਹਾਜ਼ਰ ਜਮਾਂ। ਸੋ ਫਿਰ ਧਾਰਾ ਦੇਖ ਸਕਦੇ ਹੋ, ਪੂਰੀਆਂ ਸਾਫ਼ ਸੁਥਰੀਆਂ ਚੰਗੀਆਂ ਧਾਰਾਂ ਗੀਆਂ, ਅਤੇ ਮਗਰ ਸਰਾਜ ਵੀ ਮਾਰ ਦੇ। ਅਤੇ ਬਾਕੀ ਆਪਣਾ ਪਤਾ ਕਿ ਜਰਸੀ ਦੀ ਖਾਸੀਅਤ ਇਹ ਹੈ ਕਿ ਠੰਡੀ ਸੀਲ ਹੁੰਦੀ ਹੈ, ਕੋਈ ਨਿਆਣਾ ਵਗੈਰਾ ਪਾਉਣ ਦੀ ਲੋੜ ਨਹੀਂ। ਅਤੇ ਅੰਦਾਜ਼ਾ ਲਈ ਦੁੱਧ ਕਿੰਨਾ ਕੁ ਦੇ ਦੂਗੀ ਹੈ? 13-14 ਕਿਲੋ ਤੁਹਾਨੂੰ ਚਾਹੀਦਾ ਦੇਣਾ, ਆਪਾਂ 20 ਨਹੀਂ ਕਹਿੰਦੇ, 18 ਨਹੀਂ ਕਹਿੰਦੇ। ਠੀਕ ਹੈ ਵੀ 14 ਲੀਟਰ ਵਾਲੀ ਹੈਗੀ ਹੈ? ਇੰਨੇ ਕਾਲੀ। ਠੀਕ, ਸੋ ਫਿਰ ਗੱਲ ਬਹੁਤ ਵਧੀਆ ਕਿ 14 ਲੀਟਰ ਐਵੇਂ ਇਹਨੂੰ ਕਹਿ ਜੇ 20 ਲੀਟਰ, ਉਹ ਗੱਲ ਗਲਤ ਆ, ਅਤੇ 14 ਲੀਟਰ ਦੇ ਦੂਗੀ। ਮੂੰਹ ਮੱਥੇ ਲੱਗਦੇ ਆ, ਸੂਈ ਸਵਾਈ ਆ ਪਿੱਛੇ ਇਹਦੀ ਬੱਚੀ ਆ। ਅਤੇ ਫਿਰ ਦੂਜੇ ਨੰਬਰ ਜਿਹੜੀ ਗੱਬਰ ਜਰਸੀ ਦੇਖੀ ਨੇ ਆਪਾਂ, ਇਹ ਵੀ ਫਿਰ ਦੂਜੇ ਸੂਏ ਸੂ, ਦੂਜੇ ਸੂਏ ਸੂਗੀ ਕਿ ਇੱਕ ਦਿਨ ਲੈਂਦੀ ਆ? ਦਿਨ ਲੈ ਜੀ ਵੀਰੇ, ਹਜੇ 3-4 ਦਿਨ ਲੈ। 3-4 ਕੁ ਦਿਨ ਸੂਣ 'ਚ ਬਾਕੀ। ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਆਪਣਾ? ਦੁੱਧ ਵੀਰੇ ਪਹਿਲੇ ਸੂਏ ਉਹ ਕਹਿੰਦੇ 18-17-18 ਕਿਲੋ 'ਚ। ਠੀਕ ਹੈ, ਮੰਨ ਕੇ ਜਿੱਲੀ ਵੀ 17-18 ਵਾਲੀ ਇਸ ਵਾਰ ਵੀ ਹੈਗੀ ਹੈ ਭਾਈ, ਐਤਕੀ 20 ਦੇ ਦੇ, 20 ਦੇ ਦੇ, 18 ਮੰਨ ਕੇ ਲੈ ਜਾਓ। ਠੀਕ ਹੈ, ਭਾਅ ਇਹਦਾ ਭਾਅ ਵੀਰੇ ਫੋਨ ਕੀਤਾ ਧੋਰੀ ਵਾਰ ਨੂੰ। ਸੋ ਫਿਰ ਦੂਜੇ ਨੰਬਰ ਵਾਲੀ ਗੱਬੜ ਵਿਆੜ ਦੇਖ ਸਕਦੇ ਹੋ, ਮੂੰਹ ਮੱਥਾ ਚੰਗਾ, ਅਤੇ ਥੋੜ੍ਹਾ ਜਿਹਾ ਕੌਫੀ ਕਲਰ ਦਾ ਭੱਫ ਦਿੰਦੀ ਹੈ ਵਿੱਚ ਇਹਦੇ, ਅਤੇ ਦੁੱਧ 17-18, ਚੰਗੀ ਸੇਵਾ ਤਾਂ ਵੱਧ ਵੀ, ਪਰ 17-18 ਮੰਨ ਲਓ ਇੰਨਾ ਕਿ ਦੇ ਦੂਗੀ। ਮੁੱਲ ਵੀਰ ਕਹਿੰਦਾ ਫੋਨ 'ਤੇ ਬਿਲਕੁਲ ਜਾਇਆ ਜਾਊ, ਸੋ ਮੱਥੇ ਟੋਆ ਵਗੈਰਾ ਅਤੇ ਕੰਨ ਨਿੱਕਾ ਨਿੱਕਾ ਜਾਤ ਵਾਲੀ ਬੈਡ ਆ ਗਈ, ਇਹ ਨਹੀਂ ਗੱਲ, ਅਤੇ ਕੱਦ ਘਾਟ ਵਾਲੀ ਬੈਡ ਵੀ ਹੈ, ਵਜਨ ਵੁਜਨ ਚੰਗਾ ਸਾਫ਼ ਸੁਥਰੀ ਆ। ਅਤੇ ਵੀਰੇ ਤੀਜੇ ਨੰਬਰ ਆਪਾਂ ਡੱਬੀ ਬੈਡ ਦੇਖੀ ਨੇ ਜਿਹੜੀ, ਇਹ ਵੀ ਵੀਰੇ ਦੂਜੇ ਸੂਏ ਸੂਏ। ਠੀਕ ਹੈ, ਗੱਬਣ ਹੈ ਨਾ? ਗੱਬਣ। ਅਤੇ ਬਾਕੀ ਹੋਰ ਜੀ ਲੇਵਾ ਫਿੱਟ ਫਾਟ ਆ ਜਾਵਾਂ, ਹੈ ਨਾ? ਲੇਵਾ ਬਹੁਤ ਚੰਗਾ ਬਾਈ। ਸੋ ਲੇਵਾ ਦੇਖੋ ਬਿਲਕੁਲ ਕੰਪੈਕਟ ਡਰਾ ਜਾ, ਜਿੰਨੇ ਮਰਜ਼ੀ ਸੂਏ ਪੀੜੀਏ ਤੋਂ, ਇਹ ਲੇਵਾ ਇਹਨੇ ਇਦੇ ਰੱਖਣਾ। ਅਤੇ ਕਿੰਨਾ ਕੁ ਦੁੱਧ ਦੇ ਦੂਗੀ ਇਹ? ਦੁੱਧ ਵੀਰੇ ਨੂੰ 23-24 ਲੀਟਰ ਦੁੱਧ ਚਾਹੀਦਾ ਦੇਣਾ। ਠੀਕ ਹੈ, ਦਿਨ 20-21 ਕਿਲੋ ਦੁੱਧ ਦਿਨ ਕਿਆ ਕੁ ਲੈਂਦੀ ਹੈ? ਦਿਨ ਵੀਰੇ ਲੈ ਜੂ, ਹਜੇ 5-7 ਦਿਨ ਤਾਂ ਆਰਾਮ ਦੇਣੇ ਚਾਹੀਦੇ ਹੁੰਦੇ ਨੇ, ਹਫ਼ਤਾ ਲਗਭਗ ਲੈ ਜੂ। ਲੇਵੇ ਦੇ ਢਿੱਲਾ ਢੁੱਲਾ। ਠੀਕ ਹੈ, ਸੋ ਬਾਕੀ ਠੰਡੀ ਸੀਲ ਵਾਧੂ, ਹੈ ਨਾ? ਠੰਡੀ ਸੀਲ ਦੋਨੇ ਪਾਸੇ ਬਾਈ ਸੁਰਾਇਆ ਪਾਸੇ, ਹਫ਼ਤਾ ਸੂਣ 'ਚ ਬਾਕੀ ਸੂਆ ਦੂਜਾ ਸੂੰਦੀ ਪਈ ਹੈ, ਅਤੇ ਠੰਡੀ ਸੀਲ ਵਾਧੂ ਆ, ਅਤੇ ਬਾਕੀ ਪਤਲਾ ਕੁੰਬੜਾ, ਕੋਈ ਨਹੀਂ ਗੱਲ ਵੀ ਮੋਟਾ ਚੰਬ ਚੜਿਆ ਵਾ ਦੁੱਪ ਆ ਕਿਸੇ ਪਾਸੇ, ਅਤੇ ਦੁੱਧ ਨੂੰ ਬਹਿਰ ਖਰੀ ਹੋਊਗੀ ਵਧੀਆ। ਅਤੇ ਇਹਦਾ ਭਾਵ ਯਾਰ ਧੋਰੀ ਫਿਰ ਵਾਰਨ ਨੂੰ। ਸੋ ਤੀਜੇ ਨੰਬਰ 'ਤੇ ਡੱਬੀ ਬੈਠ ਦਿਖਾਈ ਜਾਂਦੇ ਆਪਾਂ, ਦੂਜਾ ਸੂਆ ਸੂੰਦੀ ਪਈ ਆ, ਅਤੇ ਲੇਵਾ ਦੇਖੋ ਪੂਰਾ ਸਾਫ਼ ਸੁਥਰਾ, ਲੇਵੇ ਲਿਓ ਖਬਰਦਾਰ ਬਾ। ਠੀਕ ਹੈ ਮੋਲੇ। ਸੋ ਵੀਰੇ ਤਿੰਨ ਨਾਗ ਆਪਾਂ ਤੁਹਾਨੂੰ ਦਿਖਾਤੇ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ।